ਨਮਸਕਾਰ ਭਾਰਤ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਸਾਡੇ ਪ੍ਰੋਗਰਾਮ ਤਾਰੇ ਆਖਦੇ ਨੂੰ ਵੇਖਣ ਵਾਲੇ ਸਾਡੇ ਸਾਰੇ ਹੀ ਵੀਰਾਂ ਤੇ ਸਾਰੀਆਂ ਹੀ ਭੈਣਾਂ ਸਾਰੇ ਹੀ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਦੇਖਦੇ ਹਾਂ ਜੀ ਕੁੰਡਲੀ ਦੇ 12 ਭਾਵਾਂ ਦੇ ਵਿੱਚ ਸਥਿਤ ਸ਼ਨੀ ਮਹਿਲਾਵਾਂ ਨੂੰ ਕਿੱਦਾਂ ਪ੍ਰਭਾਵਿਤ ਕਰਦਾ ਹੈ, ਸ਼ਨੀ ਦਾ ਕਿੱਦਾਂ ਫਲ ਹੁੰਦਾ ਹੈ। ਜੇ ਕਿਸੇ ਦੀ ਨੌਕ ਜਿਹੜੀ ਜਾਤਕਾ ਦੀ ਜਨਮ ਕੁੰਡਲੀ ਦੇ ਵਿੱਚ ਸ਼ਨੀ ਲਗਨ ਦੇ ਵਿੱਚ ਬੈਠਾ ਤੇ ਉਹਦੇ ਪ੍ਰਭਾਵ ਦੇ ਨਾਲ ਸਰੀਰਕ ਰੂਪ ਦੇ ਵਿੱਚ ਸੁੰਦਰਤਾ ਵਿੱਚ ਕਮੀ ਦਾ ਅਨੁਭਵ ਮਹਿਸੂਸ ਕਰੇਗੀ। ਸੋ ਫਾਲਤੂ ਦੀ ਮਿਹਨਤ ਕਰਨ ਵਾਲੇ ਹੋਏਗੀ, ਆਤਮ ਵਿਸ਼ਵਾਸ ਦੇ ਵਿੱਚ ਉਹਦੇ ਕਮੀ ਆਏਗੀ, ਆਲਸ ਹੋਏਗਾ, ਉਦਾਸੀਨਤਾ ਤੇ ਉਹਦਾ ਹੌਸਲਾ ਖਤਮ ਹੋਣ ਵਾਲਾ ਹੋਏਗਾ, ਕ੍ਰੋਧੀ ਸੁਭਾਅ ਦੀ ਹੋਏਗੀ ਤੇ ਸਾਮਾਨਯ ਪਰਿਵਾਰ ਤੇ ਪਰਿਵਾਰਿਕ ਜੀਵਨ ਬਤੀਤ ਕਰਨ ਵਾਲੀ ਹੋਏਗੀ, ਮੋਟੇ ਮੋਟੇ ਹੱਥਾਂ ਪੈਰਾਂ ਤੇ ਹੱਡੀਆਂ ਵਾਲੀ ਹੋਏਗੀ, ਫਿਰ ਜਿਹੜਾ ਹੈ ਦੰਦਾਂ ਤੇ ਨੇਤਰਾਂ ਦੇ ਰੋਗ ਨਾਲ ਪੀੜਿਤ ਰਹਿਣ ਵਾਲੀ ਹੋਏਗੀ। ਫਿਰ ਦੂਜੇ ਭਾਵ ਦੇ ਵਿੱਚ ਸਥਿਤ ਸ਼ਨੀ ਜੇ ਹੁੰਦਾ ਕਿਸੇ ਬਾਲਕਾ ਦੀ ਜਨਮ ਕੁੰਡਲੀ ਦੇ ਵਿੱਚ ਤਾਂ ਉਹ ਆਰਥਿਕ ਤੰਗੀ ਦਾ ਸਾਹਮਣਾ ਕਰਨ ਵਾਲੀ ਹੁੰਦੀ ਹੈ, ਪਰਿਵਾਰਿਕ ਸੁੱਖ ਦੇ ਵਿੱਚ ਕਮੀ ਦਾ ਅਨੁਭਵ ਕਰਨ ਵਾਲੀ ਹੁੰਦੀ ਹੈ ਤੇ ਘਰ ਤੇ ਪਰਿਵਾਰ ਜਨਾਂ ਦੇ ਨਾਲ ਮਤਭੇਦ ਰੱਖਣ ਵਾਲੀ ਹੁੰਦੀ ਹੈ, ਡਰਪੋਕ ਹੁੰਦੀ ਹੈ, ਦੱਬੂ ਹੁੰਦੀ ਹੈ, ਆਪਣੇ ਵਿਚਾਰਾਂ ਦੇ ਵਿੱਚ ਖੋਈ ਰਹਿਣ ਵਾਲੀ ਹੁੰਦੀ ਹੈ, ਉਚਿਤ ਅਨੁਚਿਤ ਸਹੀ ਗਲਤ ਦਾ ਫੈਸਲਾ ਨਹੀਂ ਕਰ ਪਾਉਂਦੀ ਤੇ ਦੰਪਤਯ ਸੁੱਖ ਦੇ ਵਿੱਚ ਕਮੀ ਦਾ ਅਨੁਭਵ ਕਰਦੀ ਹੈ। ਤੀਜੇ ਭਾਵ ਦੇ ਵਿੱਚ ਸ਼ਨੀ ਹੁੰਦਾ ਉਹਦੀ ਜਨਮ ਕੁੰਡਲੀ ਦੇ ਵਿੱਚ ਤਾਂ ਐਸੀ ਸਥਿਤੀ ਦੇ ਵਿੱਚ ਉਹ ਆਪਣੇ ਕੰਮਾਂ ਦੇ ਵਿੱਚ ਟ੍ਰੇਨਡ, ਨਿਪੁੰਨ, ਸਮਾਜ ਤੇ ਪਰਿਵਾਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ, ਭਰਾ ਭੈਣਾਂ ਦੇ ਨਾਲ ਪਿਆਰ ਰਹਿੰਦਾ ਉਹਦਾ, ਛੋਟੀਆਂ ਯਾਤਰਾਵਾਂ ਦੇ ਨਾਲ ਲਾਭ ਹੁੰਦਾ, ਫਿਰ ਬਹੁਤ ਸਾਰੀਆਂ ਸੰਤਾਨਾਂ ਦਾ ਸੁੱਖ ਭੋਗਣ ਵਾਲੀ ਹੁੰਦੀ ਹੈ ਤੇ ਆਪਣੇ ਨਿਰਦੇਸ਼ ਦੇ ਮੁਤਾਬਿਕ ਦੂਜਿਆਂ ਤੋਂ ਕੰਮ ਕਰਵਾਉਣ ਵਾਲੀ ਹੁੰਦੀ ਹੈ ਤੇ ਆਰਥਿਕ ਸੁੱਖ ਭੋਗਣ ਵਾਲੀ ਹੁੰਦੀ ਹੈ। ਬਹਰਹਾਲ ਬਹੁਤ ਸਿੰਪਲ ਜੀ ਗੱਲ ਹੈ, ਜੇ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਕਿਸੇ ਵੀ ਭਾਵ 'ਚ ਬੈਠੇ ਸ਼ਨੀ ਦੇਵ ਜੀ ਤੁਹਾਨੂੰ ਪੀੜਿਤ ਕਰ ਰਹੇ ਹੈ ਤਾਂ ਕੋਈ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ, ਆਪਣੀ ਕੁੰਡਲੀ ਲਓ, ਛੋਟੇ ਛੋਟੇ ਆਸਾਨ ਆਸਾਨ ਉਪਾਏ, ਛੋਟੇ ਛੋਟੇ ਦਾਨ ਪੁੰਨ ਪਾਠ ਦੇ ਨਾਲ ਤੁਸੀਂ ਜਿਹੜਾ ਹੈ ਸ਼ਨੀ ਦੇਵ ਨੂੰ ਪ੍ਰਸੰਨ ਕਰ ਸਕਦੇ ਹੋ ਤੇ ਆਪਣੀ ਲਾਈਫ ਨੂੰ ਵਧੀਆ ਬਣਾ ਸਕਦੇ ਹੋ। ਇੱਕ ਚੀਜ਼ ਦਾ ਖਾਸ ਖਿਆਲ ਰੱਖਿਓ ਕਿ ਜੋਤਿਸ਼ ਦੇ ਨਾਂ ਤੇ ਕਿਸੇ ਦੇ ਵਹਿਮਾਂ ਭਰਮਾਂ 'ਚ ਨਾ ਪਈਓ, ਕਿਉਂਕਿ ਅਸੀਂ ਜੋ ਦੇਖਿਆ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਆ ਕੇ ਤਾਂ ਰੋਂਦੇ ਆ ਕਿ ਸੁਖਮਿੰਦਰ ਜੀ ਇੰਨੀ ਜਗ੍ਹਾ ਤੇ ਅਸੀਂ ਗਏ, ਇੰਨੀ ਜਗ੍ਹਾ ਤੇ ਗਏ, ਲੋਕਾਂ ਨੇ ਜਗ੍ਹਾ ਜਗ੍ਹਾ ਤੇ ਸਾਨੂੰ ਲੁੱਟਿਆ, ਵਹਿਮਾਂ ਭਰਮਾਂ 'ਚ ਪਾਇਆ, ਸਾਡਾ ਕੁਛ ਨਹੀਂ ਬਣਿਆ। ਜੋਤਿਸ਼ ਪਿਆਰੇ ਦੋਸਤੋ ਇੱਕ ਕੈਲਕੂਲੇਟਿਡ ਸਾਇੰਸ ਹੈਗੀ ਹੈ ਜਿਹਨੂੰ ਪ੍ਰੋਪਰ ਢੰਗ ਦੇ ਨਾਲ ਕਰਕੇ ਸਾਨੂੰ ਨਿਸ਼ਚਿਤ ਰੂਪ 'ਚ 101% ਲਾਭ ਜ਼ਰੂਰ ਮਿਲ ਸਕਦਾ ਹੈ। ਚੰਦਨ ਦੇ ਤੇਲ ਦਾ ਮੱਥੇ ਦੇ ਉੱਤੇ ਲੇਪ ਕਰਨ ਦੇ ਨਾਲ ਸਿਰ ਦਰਦ ਦੇ ਵਿੱਚ ਆਰਾਮ ਮਿਲਦਾ ਹੈ। ਇਹਦੇ ਨਾਲ ਜਿਹੜਾ ਹੈ ਇਹਦੇ ਵਿੱਚ ਜਦੋਂ ਤੁਸੀਂ ਗੁਲਾਬ ਜਲ ਤੇ ਕਪੂਰ ਮਿਲਾਉਂਦੇ ਹੋ ਤਾਂ ਉਹਦਾ ਪ੍ਰਭਾਵ ਕਈ ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਜਦੋਂ ਆਪਾਂ ਘਰ ਬਣਾਉਂਦੇ ਹਾਂ ਨਾ ਜੀ ਤਾਂ ਆਪਾਂ ਨੂੰ ਖੁੱਲ੍ਹਾ ਜਗ੍ਹਾ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਰੱਖਣੀ। ਉੱਤਰ ਪੂਰਬ ਦੇ ਵਿੱਚ ਜਿਹੜਾ ਖੁੱਲ੍ਹੀ ਜਗ੍ਹਾ ਅਸੀਂ ਜ਼ਿਆਦਾ ਰੱਖ ਸਕਦੇ ਹਾਂ ਪਲਾਟ ਦੇ ਵਿੱਚ, ਫਿਰ ਦਕਸ਼ਿਣ ਪੱਛਮ ਦੇ ਵਿੱਚ ਖੁੱਲ੍ਹੀ ਥਾਂ ਘੱਟ ਹੋਣੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਮਕਾਨ ਦੇ ਵਿੱਚ ਟੈਰਸ, ਬਾਲਕੋਨੀ, ਪੋਰਟੀਕੋ ਦੇ ਰੂਪ ਦੇ ਵਿੱਚ ਵੀ ਉੱਤਰ ਪੂਰਬ ਦੇ ਵਿੱਚ ਖੁੱਲ੍ਹੀ ਜਗ੍ਹਾ ਬਹੁਤ ਹੋਣੀ ਚਾਹੀਦੀ ਹੈ, ਜਿਹਦੇ ਨਾਲ ਉੱਥੇ ਰਹਿਣ ਵਾਲੇ ਨੂੰ ਸੁੱਖ ਤੇ ਸਮਰਿੱਧੀ ਹਾਸਲ ਹੋ ਸਕਦੀ ਹੈ। ਇੱਦਾਂ ਹੀ ਗਊਸ਼ਾਲਾ ਜੇ ਆਪਾਂ ਘਰ ਦੇ ਵਿੱਚ ਬਣਾਉਂਦੇ ਹਾਂ, ਸ਼ਹਿਰਾਂ ਦੇ ਵਿੱਚ ਤਾਂ ਹਾਲਾਂਕਿ ਲੋਕ ਗਾਂ ਜਾਂ ਮੱਝ ਘੱਟ ਪਾਲਦੇ ਆ, ਲੇਕਿਨ ਜਿਹੜਾ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਕਮੀ ਨਹੀਂ ਹੁੰਦੀ। ਹਮੇਸ਼ਾ ਹੀ ਉੱਤਰ ਪੱਛਮ ਦੇ ਵਿੱਚ ਇਹਨੂੰ ਰੱਖਣੀ ਚਾਹੀਦੀ ਹੈ ਗਊਸ਼ਾਲਾ, ਕਿਉਂਕਿ ਮਨੁੱਖ ਜਿਹੜਾ ਹੈ ਕਾਰਬਨ ਡਾਈਆਕਸਾਈਡ ਛੱਡਦਾ ਤੇ ਗਾਂ ਦੇ ਦੁਆਰਾ ਛੱਡੀ ਜਾਣ ਵਾਲੀ ਮਿਥੇਨ ਗੈਸ ਤੇ ਮਿਥੇਨ ਕਾਰਬਨ ਡਾਈਆਕਸਾਈਡ ਦਾ ਮਿਸ਼ਰਣ ਵਾਯੂਮੰਡਲ ਨੂੰ ਜਿਹੜਾ ਸ਼ੁੱਧ ਤੇ ਪ੍ਰਦੂਸ਼ਣ ਰਹਿਤ ਕਰਦਾ ਹੈ। ਸੋ ਵਾਸ਼ਿੰਗ ਕਲੋਥਸ ਘਰ ਦੇ ਵਿੱਚ ਆਪਾਂ ਕਿੱਥੇ ਕੱਪੜੇ ਧੋਈਏ, ਅੱਜ ਦੇ ਯੁੱਗ ਦੇ ਵਿੱਚ ਮਕਾਨਾਂ ਦੇ ਵਿੱਚ ਬੜੀ ਜ਼ਰੂਰੀ ਹੈ ਕੱਪੜੇ ਧੋਣ ਦੀ ਜਗ੍ਹਾ। ਸੋ ਅੱਜ ਦੇ ਟਾਈਮ 'ਚ ਮਸ਼ੀਨ ਅਤੇ ਹੱਥ ਦੋਨਾਂ ਨਾਲ ਹੀ ਕੱਪੜੇ ਧੁਲਾਈ ਹੁੰਦੀ ਹੈ। ਧੁਲਾਈ ਦੇ ਵਿੱਚ ਕਿਉਂਕਿ ਗਰਮ ਪਾਣੀ ਦਾ ਜ਼ਿਆਦਾ ਕਈ ਵਾਰੀ ਪ੍ਰਯੋਗ ਹੁੰਦਾ, ਇਸ ਲਈ ਦਕਸ਼ਿਣ ਪੂਰਬ ਦਾ ਕੋਨਾ ਹੀ ਉੱਤਮ ਮੰਨਿਆ ਜਾਂਦਾ ਹੈ। ਲੇਕਿਨ ਜਿੱਥੇ ਵੀ ਆਪਾਂ ਇਹਨੂੰ ਬਣਾਈਏ ਪਾਣੀ ਦਾ ਬਹਾਵ ਹਮੇਸ਼ਾ ਹੀ ਉੱਤਰ ਪੂਰਬ ਵਾਲੇ ਪਾਸਾ ਹੋਣਾ ਚਾਹੀਦਾ, ਜਿਹਦੇ ਨਾਲ ਸਾਨੂੰ ਅੱਛੇ ਰਿਜ਼ਲਟਸ ਮਿਲ ਸਕਦੇ ਹੈ। ਸੋ ਪਿਆਰੇ ਦਰਸ਼ਕੋ, ਜੇ ਤੁਸੀਂ ਵੀ ਵਾਸਤੂ ਆਪਣੇ ਘਰ ਦਾ ਬਣਵਾਉਣਾ ਜਾਂ ਨਕਸ਼ਾ ਚੈੱਕ ਕਰਾਉਣਾ, ਕੋਈ ਬਹੁਤ ਵੱਡੀ ਫੀਸ ਨਹੀਂ ਹੈ ਸਾਡੀ, ਸਿਰਫ 1100 ਰੁਪਏ ਅਸੀਂ ਚਾਰਜ ਕਰਦੇ ਹਾਂ ਜੇ ਤੁਸੀਂ ਨਕਸ਼ਾ ਲਿਆ ਕੇ ਸਾਨੂੰ ਦੱਸਦੇ ਹੋ, ਤੇ ਬਿਨਾਂ ਕਿਸੇ ਤੋੜ ਫੋੜ ਤੋਂ ਤੁਸੀਂ ਆਪਣੇ ਘਰ ਦੇ ਵਾਸਤੂ ਨੂੰ ਠੀਕ ਕਰਕੇ ਲੱਖਾਂ ਰੁਪਇਆਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਸ ਤੋਂ ਹਰ ਹਾਲ ਦੇ ਵਿੱਚ ਬਚ ਸਕਦੇ ਹੋ। ਤਾਰੇ ਆਖਦੇ ਨੇ ਤੇ ਉਸ ਪ੍ਰੋਗਰਾਮ ਤੋਂ ਮੈਨੂੰ ਬਹੁਤ ਬਹੁਤ ਜ਼ਿਆਦਾ ਫਾਇਦਾ ਹੋਇਆ। ਪਹਿਲੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ, ਹੁਣ ਮਹੀਨੇ ਡੇਢ ਮਹੀਨੇ ਤੋਂ ਬਹੁਤ ਘੱਟ ਰਿਹਾ, ਦਿਨ ਪਰ ਦਿਨ ਘੱਟ ਰਿਹਾ। ਉਹਨਾਂ ਦੇ ਦਿੱਤੇ ਹੋਏ ਦੱਸੇ ਹੋਏ ਟੈਸਟਡ ਨਗਮੇ ਪਾ ਰਿਹਾ ਅਤੇ ਬਹੁਤ ਬਹੁਤ ਜ਼ਿਆਦਾ ਕਾਰੋਬਾਰ 'ਚ ਵੀ ਫਾਇਦਾ, ਗੁੱਸਾ ਵੀ ਘੱਟ ਆਉਂਦਾ, ਸਿਹਤ ਵੀ ਬਹੁਤ ਅੱਛੀ ਰਹਿੰਦੀ ਹੈ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਮੈਂਡ ਕਰਦਾ, ਜੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਜੋਤਿਸ਼ ਆਚਾਰਿਆ ਸੁਖਮਿੰਦਰ ਜੀ ਨੂੰ ਜ਼ਰੂਰ ਮਿਲੋ। ਮੈਂ ਸੁਖਮਿੰਦਰ ਜੀ ਦਾ ਪ੍ਰੋਗਰਾਮ ਤਾਰੇ ਆਖ ਕੇ ਦੇਖਦਾ ਸੀਗਾ ਅਤੇ ਮੈਨੂੰ ਕਾਫੀ ਵਧੀਆ ਲੱਗਿਆ ਜਦੋਂ ਮੈਂ ਉਹਨਾਂ ਨੂੰ ਮਿਲਿਆ, ਤਾਂ ਮੈਨੂੰ ਵਾਕਈ ਜਿਵੇਂ ਕੋਈ ਉਹਨਾਂ ਦੇ ਚਿਹਰੇ 'ਤੇ ਨੂਰ ਹੁੰਦਾ, ਕਿਸੇ ਸ਼ਕਤੀ ਦਾ ਪ੍ਰਭਾਵ ਹੁੰਦਾ, ਮੈਨੂੰ ਉਹ ਮਿਲ ਕੇ ਮਿਲਿਆ
ਤੇ ਮੇਰੇ ਅੱਧੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਦੋਂ ਹੀ ਹੱਲ ਹੋ ਗਈਆਂ। ਮੈਂ ਕਾਫੀ ਵਰਲਡ ਵਾਈਡ ਲੋਕਾਂ ਕੋਲ ਘੁੰਮਿਆ, ਕਾਫੀ ਐਸਟ੍ਰੋਲੋਜਰਾਂ ਕੋਲ ਗਿਆ, ਪਰ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਸੁਖਮਿੰਦਰ ਜੀ ਨੇ ਮੈਨੂੰ ਜੋ ਰੈਮਡੀਜ਼ ਦਿੱਤੀਆਂ ਮੈਂ ਉਹ ਕੀਤੀਆਂ, ਔਰ ਮੈਨੂੰ ਇੰਨਾ ਫਰਕ ਪਿਆ, ਮੇਰੀ ਲਾਈਫ ਅੱਜ ਬਹੁਤ ਖੁਸ਼ਹਾਲ ਹੈ। ਮੈਂ ਉਹਨਾਂ ਦਾ ਥੈਂਕਸ ਕਰਦਾ ਹਾਂ। ਇੱਕ ਮੈਂ ਤੁਹਾਨੂੰ ਹੋਰ ਰਿਕੁਐਸਟ ਕਰਦਾ ਹਾਂ ਵੀ ਸੁਖਮਿੰਦਰ ਜੀ ਦਾ ਪ੍ਰੋਗਰਾਮ ਤੁਸੀਂ ਸਾਰੇ ਦੇਖੋ, ਔਰ ਇੱਕ ਵਾਰੀ ਉਹਨਾਂ ਕੋਲ ਆਪਣੀ ਸਮੱਸਿਆ ਲੈ ਕੇ ਜਾਓ, ਅਤੇ ਮੈਂ ਤੁਹਾਨੂੰ ਇਹ ਸ਼ੋਰਿਟੀ ਦਿੰਦਾ ਹਾਂ ਵੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਕਦੇ ਕਦੇ ਜੀ ਬੇਰ ਦੀ ਗੁਠਲੀ ਦੇ ਉੱਤੇ ਵੀ ਰੰਗ ਚੜਾ ਕੇ ਉਹਨੂੰ ਅਸਲੀ ਰੁਦਰਾਕਸ਼ ਦੇ ਰੂਪ ਦੇ ਵਿੱਚ ਵੇਚ ਦਿੱਤਾ ਜਾਂਦਾ ਹੈ। ਸਸਤੇ ਦਾਮ ਦੇ ਵਿੱਚ ਵਿਕਣ ਵਾਲੀਆਂ ਰੁਦਰਾਕਸ਼ ਦੀਆਂ ਮਾਲਾ ਆਮ ਤੌਰ ਤੇ ਰੁਦਰਾਕਸ਼ ਤੋਂ ਨਾ ਬਣੀਆਂ ਹੋ ਕੇ ਬੇਰ ਦੀਆਂ ਗੁਠਲੀਆਂ ਤੋਂ ਬਣੀਆਂ ਹੁੰਦੀਆਂ। ਵਜਨ ਦੇ ਵਿੱਚ ਵੀ ਇਹ ਰੁਦਰਾਕਸ਼ ਤੋਂ ਹਲਕੀਆਂ ਹੁੰਦੀਆਂ ਤੇ ਇਹਨਾਂ ਦਾ ਆਕਾਰ ਵੀ ਮਧਿਅਮ ਤੇ ਛੋਟਾ ਹੁੰਦਾ ਹੈ। ਸੋ ਰੁਦਰਾਕਸ਼ ਦੀ ਪਹਿਚਾਣ ਦੇ ਲਈ ਕੀ ਕਰੋ ਕਿ ਪਾਣੀ ਨੂੰ ਖੂਬ ਉਬਾਲ ਲਓ, ਉਬਲਦੇ ਹੋਏ ਪਾਣੀ ਦੇ ਵਿੱਚ ਰੁਦਰਾਕਸ਼ ਨੂੰ ਪਾ ਦਿਓ ਤੇ ਤਕਰੀਬਨ 5 ਮਿੰਟ ਤੋਂ ਲੈ ਕੇ 15 ਮਿੰਟ ਤੇ ਬਾਅਦ ਕਟੋਰੇ ਨੂੰ ਤੁਸੀਂ ਚੁੱਲ੍ਹੇ ਤੋਂ ਉਤਾਰ ਕੇ ਢੱਕ ਦਿਓ। ਜਦੋਂ ਪਾਣੀ ਠੰਡਾ ਹੋ ਜਾਏ ਤਾਂ ਢੱਕਣ ਉਤਾਰ ਕੇ ਰੁਦਰਾਕਸ਼ ਦੇ ਦਾਣੇ ਕੱਢ ਕੇ ਦੇਖੋ, ਗੌਰ ਦੇ ਨਾਲ ਦੇਖੋ ਕੀ ਤੁਹਾਨੂੰ ਮਹਿਸੂਸ ਹੋਏਗਾ। ਇਸ ਬਾਰੇ ਦੇਖਿਓ ਸਾਡਾ ਕੱਲ ਦਾ ਐਪੀਸੋਡ, ਜਿਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਰੁਦਰਾਕਸ਼ ਜਿਹੜਾ ਅਸਲੀ ਹੈ ਜਾਂ ਨਕਲੀ ਹੈ। ਸਿੱਪੀਆਂ ਦੀ ਮਾਲਾ ਬਣਾ ਕੇ ਤੁਸੀਂ ਸੋਮਵਾਰ ਜਾਂ ਮੰਗਲਵਾਰ ਦੇ ਦਿਨ ਬੱਚੇ ਦੇ ਗਲੇ ਦੇ ਵਿੱਚ ਬੰਨ੍ਹ ਦਿੰਦੇ ਹੋ। ਜੇ ਉਹਨੂੰ ਦੰਦ ਨਿਕਲਣ ਦੇ ਵਿੱਚ ਪ੍ਰੋਬਲਮ ਆ ਰਹੀ ਤਾਂ ਬੜੀ ਹੀ ਆਸਾਨੀ ਦੇ ਨਾਲ ਉਹਦੇ ਦੰਦ ਨਿਕਲ ਸਕਦੇ ਨੇ। ਪੰਨੇ ਦੇ ਉਪਰਤਨ ਦੀ ਗੱਲ ਕਰਦੇ ਹਾਂ। ਪੰਨੇ ਦੇ ਬਦਲੇ ਸੰਘ ਪੰਨਾ, ਮਰਗਜ਼ ਜਾਂ ਜਿਹੜਾ ਪੀਤ ਪੰਨੀ ਦੇ ਵਿੱਚੋਂ ਕਿਸੇ ਇੱਕ ਰਤਨ ਨੂੰ ਧਾਰਨ ਕੀਤਾ ਜਾ ਸਕਦਾ ਹੈ। ਇਹ ਪੰਨੇ ਦੀ ਤੁਲਨਾ ਦੇ ਵਿੱਚ ਘੱਟ ਮੁੱਲ ਦੇ ਹੁੰਦੇ, ਲੇਕਿਨ ਇਹਨਾਂ ਦਾ ਪ੍ਰਭਾਵ ਪੰਨੇ ਦੀ ਤਰ੍ਹਾਂ ਨਹੀਂ ਹੁੰਦਾ। ਸੋ ਪੰਨੇ ਨੂੰ ਕੌਣ ਧਾਰਨ ਕਰੇ? ਪੰਨੇ ਦੇ ਸੰਬੰਧ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹਨੂੰ ਜਿਹੜਾ ਵੀ ਪਹਿਨਦਾ ਉਹਨੂੰ ਆਰਥਿਕ ਲਾਭ ਬਹੁਤ ਜ਼ਿਆਦਾ ਹੋਏਗਾ। ਇਹ ਗੱਲ ਬਹੁਤ ਹੱਦ ਤੱਕ ਸਹੀ ਹੈਗੀ ਹੈ, ਲੇਕਿਨ ਉਹੀ ਲੋਕ ਇਹਨੂੰ ਧਾਰਨ ਕਰਨ ਜਿਹਨਾਂ ਦੀ ਕੁੰਡਲੀ ਦੇ ਵਿੱਚ ਜੋ ਅਸੀਂ ਦੱਸਣ ਜਾ ਰਹੇ ਹਾਂ ਉਹ ਹੈ। ਯਾਨੀ ਕਿ ਬੁੱਧ ਦਾ ਰਤਨ ਪੰਨਾ ਅਤੇ ਬੁੱਧ ਮਿਥੁਨ ਰਾਸ਼ੀ ਦਾ ਸਵਾਮੀ ਹੈ, ਇਸ ਲਈ ਮਿਥੁਨ ਰਾਸ਼ੀ ਵਾਲਿਆਂ ਲਈ ਪੰਨਾ ਧਾਰਨ ਕਰਨਾ ਸਭ ਤੋਂ ਵਧੀਆ ਰਹਿ ਸਕਦਾ ਹੈ, ਜਿਹਦਾ ਚਾਰੋਂ ਪਾਸਿਓਂ ਹੀ ਲਾਭ ਹੁੰਦਾ ਹੈ। ਸੋ ਕੰਨਿਆ ਲਗਨ ਵਾਲਿਆਂ ਲਈ ਵੀ ਪੰਨਾ ਪਹਿਨਣਾ ਲਾਭਦਾਇਕ ਹੈ, ਕਿਉਂਕਿ ਬੁੱਧ ਕੰਨਿਆ ਲਗਨ ਅਤੇ ਪੰਨਾ ਜਿਹੜਾ ਹੈ ਰਤਨ ਦਾ ਸਵਾਮੀ ਹੈ। ਜੇ ਕਿਸੇ ਵਿਅਕਤੀ ਦੀ ਕੁੰਡਲੀ ਦੇ ਵਿੱਚ ਬੁੱਧ 6ਵੇਂ ਜਾਂ 8ਵੇਂ ਭਾਵ ਦੇ ਵਿੱਚ ਹੈ ਤਾਂ ਉਹ ਵੀ ਪੰਨਾ ਪਾ ਕੇ ਲਾਭ ਉਠਾ ਸਕਦਾ ਹੈ। ਜੇ ਕਿਸੇ ਦੀ ਕੁੰਡਲੀ ਦੇ ਵਿੱਚ ਬੁੱਧ ਮੀਨ ਰਾਸ਼ੀ ਦੇ ਵਿੱਚ ਸਥਿਤ ਹੈ ਤਾਂ ਪੰਨਾ ਧਾਰਨ ਕਰਨਾ ਪਰਮ ਲਾਭਦਾਇਕ ਹੋ ਸਕਦਾ ਹੈ। ਜੇ ਬੁੱਧ ਤਨੇਸ਼ ਹੋ ਕੇ 9ਵੇਂ ਭਾਵ ਦੇ ਵਿੱਚ ਸਥਿਤ ਹੋਵੇ ਤਾਂ ਪੰਨਾ ਪਹਿਨਣਾ ਕਲਿਆਣਕਾਰੀ ਮੰਨਿਆ ਜਾਂਦਾ ਹੈ। ਜੇ ਬੁੱਧ 7ਵੇਂ ਹੋ ਕੇ ਦੂਜੇ ਭਾਵ ਦੇ ਵਿੱਚ, 9ਵੇਂ ਹੋ ਕੇ ਚੌਥੇ ਭਾਵ ਦੇ ਵਿੱਚ ਜਾਂ ਭਾਗੇਸ਼ ਹੋ ਕੇ 6ਵੇਂ ਭਾਵ ਦੇ ਵਿੱਚ ਸਥਿਤ ਹੈ ਤਾਂ ਪੰਨਾ ਪਹਿਨਣਾ ਬਹੁਤ ਹੀ ਸ਼ੁਭ ਅਤੇ ਪਰਮ ਲਾਭਕਾਰੀ ਸਾਬਤ ਹੋ ਸਕਦਾ ਹੈ। ਜੇ ਬੁੱਧ ਸ਼੍ਰੇਸ਼ਠ ਭਾਵ ਦਾ ਸਵਾਮੀ ਹੋ ਕੇ ਭਾਵ ਤੋਂ 8ਵੇਂ ਸਥਾਨ ਦੇ ਵਿੱਚ ਸਥਿਤ ਹੈ ਤਾਂ ਪੰਨਾ ਜ਼ਰੂਰ ਧਾਰਨ ਕਰੋ। ਜੇ ਬੁੱਧ ਦੀ ਮਹਾਂਦਸ਼ਾ ਜਾਂ ਅੰਤਰਦਸ਼ਾ ਚੱਲ ਰਹੀ ਹੈ ਤਾਂ ਪੰਨਾ ਪਹਿਨਣਾ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ। ਸੋ ਪਿਆਰੇ ਦਰਸ਼ਕੋ, ਪੰਨਾ ਜ਼ਰੂਰ ਪਾਓ, ਲੇਕਿਨ ਪੰਨਾ ਪਾਉਣ ਤੋਂ ਪਹਿਲਾਂ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇੱਕ ਵਾਰੀ ਆਪਣਾ ਟੇਵਾ ਸਾਨੂੰ ਦਿਖਾਓ। ਵੈਸੇ ਪੰਨਾ 1500 ਰੁਪਏ ਤੋਂ ਅਸਲੀ ਤੇ ਸਿੱਧ ਕੀਤਾ ਹੋਇਆ ਸਟਾਰਟ ਹੋ ਜਾਂਦਾ ਅਤੇ ਇਹਦੇ ਉੱਪਰ ਰਤਨ ਦੀ ਅੰਗੂਠੀ ਜਿਹੜੀ ਹੈ ਸਿਰਫ 700 ਰੁਪਏ 'ਚ ਤੁਸੀਂ ਸਾਡੇ ਤੋਂ ਹਾਸਲ ਕਰ ਸਕਦੇ ਹੋ। ਮੇਸ਼ ਦੀ ਏਰੀਅਸ ਰਾਸ਼ੀ ਵਾਲਿਆਂ ਦੀ ਅੱਜ ਆਪਣੀ ਪ੍ਰੇਮਿਕਾ ਦੇ ਨਾਲ ਲੜਾਈ ਹੋ ਸਕਦੀ ਹੈ। ਵਰਿਸ਼ ਯਾਨੀ ਕਿ ਟੌਰਸ ਰਾਸ਼ੀ ਵਾਲੇ ਵਿਦੇਸ਼ ਤੋਂ ਚੰਗੇ ਸੁੱਖ ਸੁਨੇਹੇ ਮਿਲ ਸਕਦੇ ਹੈ। ਮਿਥੁਨ ਯਾਨੀ ਜੈਮਨੀ ਰਾਸ਼ੀ ਵਾਲਿਆਂ ਨੂੰ ਨਵੀਂ ਨੌਕਰੀ ਮਿਲ ਸਕਦੀ ਹੈ। ਕਰਕ ਯਾਨੀ ਕੈਂਸਰ ਰਾਸ਼ੀ ਵਾਲੇ ਬਹੁਤ ਭੱਜ ਦੌੜ ਰਹੇਗੀ ਅੱਜ ਬਿਜ਼ਨਸ ਨੂੰ ਵਧੀਆ ਚਲਾਉਣ ਦੇ ਲਈ। ਸਿੰਘ ਯਾਨੀ ਲਿਓ ਰਾਸ਼ੀ ਵਾਲੇ ਸ਼ਤਰੂ ਅੱਜ ਤੁਹਾਨੂੰ ਪਰੇਸ਼ਾਨ ਕਰ ਸਕਦੇ ਨੇ। ਕੰਨੇ ਯਾਨੀ ਵਰਗੋ ਰਾਸ਼ੀ ਵਾਲੇ ਅੱਜ ਕੋਈ ਖਾਨਦਾਨੀ ਜਾਇਦਾਦ 'ਚ ਕੁਛ ਨਾ ਕੁਛ ਪ੍ਰੋਫਿਟ ਹੋ ਸਕਦਾ ਹੈ। ਤੁਲਾ ਯਾਨੀ ਲਿਬਰਾ ਰਾਸ਼ੀ ਵਾਲੇ ਖੇਤੀ ਕਰਨ ਵਾਲੇ ਵੀਰਾਂ ਨੂੰ ਅੱਜ ਜਿਹੜਾ ਚੰਗਾ ਲਾਭ ਹੋ ਸਕਦਾ ਹੈ। ਵਰਿਸ਼ਚਿਕ ਯਾਨੀ ਸਕੋਰਪੀਓ ਰਾਸ਼ੀ ਵਾਲਿਆਂ ਦਾ ਧਨ ਚੋਰੀ ਹੋ ਸਕਦਾ ਹੈ। ਤੁਹਾਨੂੰ ਯਾਨੀ ਸੈਜੀਟੇਰੀਅਸ ਰਾਸ਼ੀ ਵਾਲੇ ਝੂਠੀ ਗਵਾਹੀ ਦੇਣ ਦੇ ਨਾਲ ਪੁਲਿਸ ਦੇ ਮਾਮਲੇ ਦੇ ਵਿੱਚ ਫਸ ਸਕਦੇ ਹੋ। ਮਕਰ ਯਾਨੀ ਕੈਪਰੀਕੋਰਨ ਰਾਸ਼ੀ ਵਾਲੇ ਅੱਜ ਮਨਚਾਹੇ ਸਟੱਡੀ ਕੋਰਸਿਸ ਦੇ ਵਿੱਚ ਦਾਖਲਾ ਲੈ ਸਕਦੇ ਹੋ। ਕੁੰਭ ਯਾਨੀ ਅਕਵੇਰੀਅਸ ਰਾਸ਼ੀ ਵਾਲੇ ਅੱਜ ਪੇਟ ਦਾ ਖਿਆਲ ਰੱਖਣ ਗੜਬੜ ਹੋ ਸਕਦੀ ਹੈ। ਆਖਿਰ ਦੇ ਵਿੱਚ ਮੀਨ ਯਾਨੀ ਪਾਈਸਿਸ ਰਾਸ਼ੀ ਵਾਲੇ ਕੋਈ ਨਜ਼ਦੀਕੀ ਮਿੱਤਰ ਤੁਹਾਨੂੰ ਧੋਖਾ ਦੇ ਸਕਦਾ ਹੈ। ਸੋ ਪਿਆਰੇ ਦਰਸ਼ਕੋ, ਜਿਹੜੇ ਵੀ ਸਾਡੇ ਦਰਸ਼ਕ ਸਾਨੂੰ ਮਿਲਣਾ ਚਾਹੁੰਦੇ ਨੇ, ਸਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹੈ, ਕੁੰਡਲੀ ਦਿਖਾ ਕੇ ਆਪਣੀ ਪ੍ਰੋਬਲਮਸ ਦਾ ਹੱਲ ਕਰਵਾਉਣਾ ਚਾਹੁੰਦੇ ਹੈ, ਉਹ ਸਾਡੇ ਤੋਂ ਸਭ ਤੋਂ ਪਹਿਲਾਂ ਟਾਈਮ ਲੈ ਸਕਦੇ ਹੈ। ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਦਰਸ਼ਕ ਟੈਲੀਫੋਨਿਕ ਅਪੁਆਇੰਟਮੈਂਟ ਲੈਣਾ ਚਾਹੁੰਦੇ ਜਾਂ ਈਮੇਲ ਦੇ ਥਰੂ ਸਾਨੂੰ ਨਕਸ਼ਾ ਭੇਜ ਕੇ ਵਾਸਤੂ ਚੈੱਕ ਕਰਵਾਉਣਾ ਚਾਹੁੰਦੇ, ਉਹ ਵੀ ਸਾਡੇ ਤੋਂ ਫੋਨ ਤੇ ਸਾਰੀ ਜਾਣਕਾਰੀ ਤੇ ਟਾਈਮ ਲੈ ਸਕਦੇ ਨੇ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94170-2533 ਤੇ 98720-2533। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਜਿਹੜਾ ਹੈ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਤੇ ਯੂਟਿਊਬ ਦੇ ਉੱਤੇ ਵੀ ਦੇਖ ਸਕਦੇ ਹੋ। ਕੱਲ ਫਿਰ ਮਿਲਾਂਗੇ, ਕੱਲ ਤੱਕ ਲਈ ਨਮਸਕਾਰ।